ਜੰਮੂ ਦਿੱਲੀ ਕਟਰਾ ਐਕਸਪ੍ਰੈਸ ਹਾਈਵੇ ਦਾ ਮੁੱਦਾ ਜਿਹੜਾ ਕਾਫੀ ਗਰਮਾਇਆ ਔਰ ਦੱਸਦੀ ਕਿ ਲੁਧਿਆਣਾ ਦੇ ਵਿੱਚ ਖਾਸ ਕਰ ਇਸ ਪ੍ਰੋਜੈਕਟ ਦੇ ਵਿੱਚ ਕਈ ਪਿੰਡਾਂ ਤੇ ਜਿਹੜਾ ਜ਼ਮੀਨਾਂ ਦੇਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਔਰ ਇਸ ਤੇ ਜਿਹੜੀ ਰੋਕ ਲੱਗੀ ਹੈ ਔਰ ਇਸ ਪ੍ਰੋਜੈਕਟ ਨੂੰ ਲੈ ਕੇ ਨਿਊਜ਼ 18 ਦੀ ਟੀਮ ਜਿਹੜੀ ਗਰਾਊਂਡ ਜ਼ੀਰੋ ਤੇ ਪਹੁੰਚੀ ਹੈ ਔਰ ਸਭ ਤੋਂ ਪਹਿਲਾਂ ਜਿਹੜੀਆਂ ਤੁਹਾਨੂੰ ਤਸਵੀਰਾਂ ਨੇ ਉਹ ਜ਼ਰੂਰ ਸਾਂਝੀਆਂ ਕੀਤੀਆਂ ਜਾਊਗੀਆਂ ਪਿੰਡ ਪੱਟੀਆਂ ਦੀਆਂ ਔਰ ਇਹ ਦੇਖਿਆ ਜਾ ਸਕਦਾ ਹੈ ਕਿ ਜਿਹੜਾ ਪ੍ਰੋਜੈਕਟ ਹੈ ਇਹ ਇੱਥੇ ਆ ਕੇ ਜਿਹੜਾ ਰੁਕ ਚੁੱਕਿਆ ਔਰ ਇਸ ਤੋਂ ਅੱਗੇ ਦੀ ਗੱਲ ਕਰੀਏ ਤਾਂ ਇਸ ਤੋਂ ਅੱਗੇ ਜਿਹੜਾ ਇਸ ਪ੍ਰੋਜੈਕਟ ਨੂੰ ਜਿਹੜਾ ਜ਼ਮੀਨਾ ਦੇਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਔਰ ਕਿਸਾਨ ਜਿਹੜੇ ਨੇ ਇਸ ਗੱਲ ਨੂੰ ਲੈ ਕੇ ਜਿਹੜਾ ਰੋਸ਼ ਉਹ ਜ਼ਰੂਰ ਵਿਅਕਤ ਕਰ ਰਹੇ ਨੇ ਔਰ ਕਹਿ ਵੀ ਜਾ ਰਿਹਾ ਕਿ ਜ਼ਮੀਨਾ ਦੇ ਨਾਲ ਨਾਲ ਕਈ ਜਿਹੜੇ ਮਕਾਨ ਵੀ ਇਸ ਜਿਹੜੇ ਪ੍ਰੋਜੈਕਟ ਦੇ ਅਧੀਨ ਆ ਰਹੇ ਨੇ ਇੱਥੇ ਵੀ ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਜਿਹੜਾ ਚੀਫ ਸੈਕਟਰੀ ਪੰਜਾਬ ਨੂੰ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੇ ਜਿਹੜੀ ਆ ਇੱਕ ਲੈਟਰ ਲਿਖੀ ਸੀ ਉਸ ਦੇ ਵਿੱਚ ਉਹਨਾਂ ਨੇ ਸ਼ਿਕਾਇਤ ਜ਼ਰੂਰ ਦਰਜ ਕਰਵਾਈ ਸੀ ਔਰ ਉਸ ਸ਼ਿਕਾਇਤ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕੀ ਜਿਹੜੇ ਇਸ ਪ੍ਰੋਜੈਕਟ ਨੂੰ ਲੈ ਕੇ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਹਾਲਾਂਕਿ ਚੀਫ ਸੈਕਟਰੀ ਦੇ ਇਸ ਆਦੇਸ਼ਾ ਤੋਂ ਬਾਅਦ ਜਿਹੜੀ ਕੁਝ ਲੋਕਾਂ ਤੇ ਕਾਰਵਾਈ ਵੀ ਹੋਈ ਆ ਪਰ ਹੁਣ ਇਸ ਮਾਮਲੇ ਦੇ ਵਿੱਚ ਕੇਂਦਰੀ ਮੰਤਰੀ ਨਿਤਿਨ ਗਟਕਰੀ ਦੀ ਵੀ ਜਿਹੜੀ ਦਖਲਅੰਦਾਜ਼ੀ ਉਹ ਸਾਹਮਣੇ ਆਈ ਔਰ ਇਸ ਪ੍ਰੋਜੈਕਟ ਨੂੰ ਜਿਹੜਾ ਉਹਨਾਂ ਨੇ ਕਿਤੇ ਨਾ ਕਿਤੇ ਰੋਕਣ ਦੀ ਗੱਲ ਕਹੀ ਆ ਤਾਂ ਪੰਜਾਬ ਦੇ ਨੁਕਸਾਨ ਦੀ ਗੱਲ ਕਹੀ ਆ ਤਾਂ ਇਸ ਨੂੰ ਲੈ ਕੇ ਨਿਊਜ਼ 18 ਦੀ ਟੀਮ ਇਸ ਪਿੰਡ ਦੇ ਵਿੱਚ ਪਹੁੰਚੀ ਆ ਔਰ ਦੇਖਿਆ ਜਾ ਸਕਦਾ ਕਿ ਪਿੰਡ ਦੇ ਕਿਸਾਨ ਵੀ ਜਿਹੜੇ ਇੱਥੇ ਮੌਜੂਦ ਹੈਗੇ ਨੇ ਜਿਨ੍ਹਾਂ ਵੱਲੋਂ ਆਪਣੀਆਂ ਜ਼ਮੀਨਾਂ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਇਸ ਤੋਂ ਪਹਿਲਾਂ ਇੱਕ ਪਿੱਛੇ ਜਿਹੜੀ ਤਸਵੀਰ ਦਿਖਾ ਦਈਏ ਕਿ ਇਸੇ ਜਗ੍ਹਾ ਤੋਂ ਜਿਹੜਾ ਪ੍ਰੋਜੈਕਟ ਹੈ ਉਹ ਜਾਣਾ ਔਰ ਪਿੱਛੇ ਜਿਹੜਾ ਮਕਾਨ ਤੁਸੀਂ ਦੇਖ ਰਹੇ ਹੋ ਉਹ ਮਕਾਨ ਜਿਹੜਾ ਜ਼ਰੂਰ ਕਿਤੇ ਨਾ ਕਿਤੇ ਇਸ ਪ੍ਰੋਜੈਕਟ ਦੇ ਅਧੀਨ ਆਂਦਾ ਔਰ ਇਸ ਪ੍ਰੋਜੈਕਟ ਨੂੰ ਲੈ ਕੇ ਜਿਹੜਾ ਕਿਹਾ ਜਾ ਰਿਹਾ ਇੱਕ ਇਹ ਮਕਾਨ ਹੈ ਔਰ ਦੂਸਰੇ ਪਾਸੇ ਗੱਲ ਕਰੀਏ ਤਾਂ ਦੂਸਰਾ ਮਕਾਨ ਹੈ ਔਰ ਇਹ ਦੋਵੇਂ ਜਿਹੜੇ ਪ੍ਰੋਜੈਕਟ ਦੇ ਵਿੱਚ ਮਕਾਨ ਆ ਰਹੇ ਨੇ ਇਸ ਨੂੰ ਲੈ ਕੇ ਕਿਸਾਨ ਜਿਹੜਾ ਰੋਸ ਜਾਹਰ ਕਰ ਰਹੇ ਨੇ ਗੱਲਬਾਤ ਕਰਾਂਗੇ ਕਿਸਾਨ ਆਗੂ ਸਾਡ ਨਾਲ ਨੇ ਸਰ ਕੀ ਵਜ੍ਹਾ ਐ ਇਸ ਪ੍ਰੋਜੈਕਟ ਤੇ ਕਿਉਂ ਜੜੀ ਰੋਕ ਲੱਗੀ ਆ ਔਰ ਕਿੱਥੇ ਜੜੀ ਕਮੀ ਐ ਉਹ ਰਹੀ ਐ ਅੱਜ ਤੋਂ 5-6 ਦਿਨ ਤੋਂ ਪਹਿਲਾਂ ਆਮ ਚੈਨਲਾਂ ਤੇ ਇਹੇ ਖਬਰਾਂ ਆ ਰਹੀਆਂ ਨੇ ਕਿ ਜਿਹੜਾ ਨੀਤਨ ਗੱਟਕਰੀ ਜੀ ਆ ਸਾਡੇ ਟ੍ਰਾਂਸਪੋਰਟ ਮੰਤਰੀ ਕੇਂਦਰ ਉਹਨਾਂ ਵਾਲਿਓ ਇੱਕ ਇੰਟਰਵਿਊ ਆਈ ਸੀ ਜੱਸਾ ਬੱਚ ਕੇ ਭਗਵੰਤ ਮਾਨ ਜੀ ਨੂੰ ਉਥੇ ਸੱਦਿਆ ਗਿਆ ਸੀ ਪਰ ਇਹ ਨਹੀਂ ਗਏ ਇਹਨਾਂ ਨੇ ਜਿਹੜਾ ਹਰਪ੍ਰਜਨ ਸਿੰਘ ਈਟੀਓ ਸੀ ਉਹਨੂੰ ਭੇਜਿਆ ਜਿੰਨੋਂ ਕੇ ਜਿਹੜੇ ਸਾਡੇ ਕਿਸਾਨ ਆ ਉਹਨਾਂ ਦੇ ਮਸਲੇ ਆ ਉਹਨਾਂ ਬਾਰੇ ਇਹਨਾਂ ਪਤਾ ਨਹੀਂ ਸੀ ਉਸ ਤੋਂ ਬਾਅਦ ਜਿਹੜਾ ਪ੍ਰਧਾਨ ਮੰਤਰੀ ਜੀ ਨੇ 31 ਤਰੀਕ ਨੂੰ ਫੇਰ ਮੀਟਿੰਗ ਛੱਡੀ ਸੀ ਉਥੇ ਵੀ ਸਾਡੇ ਮੁੱਖ ਮੰਤਰੀ ਨਹੀਂ ਗਏ ਜਿਹੜਾ ਇਹ ਸੜਕ ਦਾ ਰੇੜਕਾ ਵਾ ਕਾਫੀ ਟਾਈਮ ਤੋਂ ਚੱਲ ਰਿਹਾ ਵਾ ਉਦੀ ਵਜ੍ਹਾ ਇਹ ਆ ਕਿ ਜਿਹੜੇ ਕਿਸਾਨ ਆ ਉਹ ਇਹ ਨਹੀਂ ਚੋਣ ਨਹੀਂ ਚਾਹੁੰਦੇ ਤੇ ਜਿਹੜਾ ਸਾਡਾ ਦੇਸ਼ ਆ ਉਹ ਤਰੱਕੀ ਨਾ ਕਰੇ ਅਸੀਂ ਤਰੱਕੀ ਕਰਨ ਦੇ ਹੱਕ ਵਿੱਚ ਆ ਪਰ ਆ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਇਹ ਦਾਖਿਆਂ ਵਾਲੇ ਪਾਸੇ ਜਿਹੜਾ ਮੁਆਵਜ਼ਾ ਵਾ ਉਹ ਪੂਰਾ ਦਿੱਤਾ ਗਿਆ 1 ਕਰੋੜ 59 ਲੱਖ ਦਿੱਤਾ ਗਿਆ ਉਹਦੇ ਨਾਲ ਹੀ ਆਹ ਚੰਗਣਾ ਦੀ ਤੇ ਪਟੀਆਂ ਦੀ ਜ਼ਮੀਨ ਆ ਜਿਨ੍ਹਾਂ ਨੂੰ ਕੇ 1290 ਦਾ ਵੇਸ਼ ਬਣਾ ਕੇ ਚੌਥਾ ਹਿੱਸਾ ਚਾਰ ਗੁਣਾ ਕੀਤਾ ਗਿਆ ਜਿਹੜਾ ਕਿ ਬਹੁਤ ਘਾਟਾ ਜਿਹੜਾ ਕਿ ਹੁਣ ਇੱਥੇ ਚੰਗਣਾ ਤੇ ਭਟੀਆਂ ਵਿੱਚ ਜਿਹੜੀ ਬਜਾਰੂ ਕੀਮਤ ਆ ਆਮ ਤੁਸੀਂ ਦੇਖ ਰਹੇ ਹੋ ਇਧਰਲੇ ਪਾਸੇ ਕਲੋਨੀ ਬਣ ਰਹੀ ਹੈ ਹਿਸ਼ਿਆਲ ਪਿੰਡ ਵਿੱਚ ਉੱਥੇ ਜਿਹੜੀ ਉਹ ਕਲੋਨਾਈਜ਼ਰ ਆ ਚਾਰ ਪੰਜ ਕਰੋੜ ਨੂੰ ਕੀਲਾ ਖਰੀਦ ਰਹੇ ਆ ਭਾਵੇਂ ਉਹ ਭਟੀਆਂ ਦੀ ਜ਼ਮੀਨ ਆ ਚੰਗਣਾ ਦੀ ਜ਼ਮੀਨ ਆ ਭਾਵੇਂ ਉਹ ਹਿਸ਼ਿਆਲ ਦੀ ਜ਼ਮੀਨ ਆ ਸਾਡਾ ਰੇਡ ਕਾ ਇਹੀ ਆ ਕਿ ਸਾਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ ਜਦੋਂ ਤੱਕ ਸਾਨੂੰ ਉਹ ਪੂਰਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਜਿਹੜਾ ਇਹ ਰੇਡ ਕਾਬਾ جاری ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਕੀ ਮਤਲਬ ਕਿੰਨਾ ਜ਼ਮੀਨ ਦਾ ਤੁਸੀਂ ਮੁੱਲ ਇਹਦਾ ਕੱਢਿਆ ਕਿਸ ਤਰੀਕੇ ਦੇ ਨਾਲ ਗੱਲਬਾਤ ਹੋਈ ਹੈ ਕਿਉਂਕਿ ਮਾਮਲਾ ਹਾਈ ਕੋਰਟ ਤੱਕ ਪਹੁੰਚਿਆ ਹੈ ਕਿੰਨਾ ਕਿਤੇ ਪ੍ਰੋਜੈਕਟ ਤੇ ਜਿਹੜੀ ਰੋਕ ਆ ਉਹ ਜ਼ਰੂਰ ਲੱਗੀ ਹੈ ਜਿਹੜਾ ਇਹ ਤੁਸੀਂ ਗੱਲ ਕੀਤੀ ਆ ਬਿਲਕੁਲ ਸਹੀ ਗੱਲ ਕੀਤੀ ਆ ਅਸੀਂ ਚਾਹੁੰਦੇ ਆ ਕਿ ਜਿਹੜਾ ਸਾਡੇ ਸਾਡਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਨੇ ਲੈਂਡ ਅਕਵਾਇਰਮੈਂਟ ਐਕਟ 2013 ਬਣਾਇਆ ਸੀ ਉਹਨੂੰ ਲਾਗੂ ਕੀਤਾ ਜਾਵੇ ਉਸ ਐਕਟ ਦੇ ਵਿੱਚ ਕੀ ਆ ਥੋੜਾ ਜਿਹਾ ਬਰੀਫਲੀ ਥੋੜਾ ਦੱਸੋਗੇ ਉਸ ਐਕਟ ਵਿੱਚ ਇਹ ਆ ਕਿ 7 옵ਸ਼ਨ ਰੱਖੇ ਗਏ ਸੀ ਪਹਿਲਾ 옵ਸ਼ਨ A ਸੀ ਕਿ ਇੱਕ ਕਮੇਟੀ ਬਣੂਗੀ ਕਮੇਟੀ ਵਿੱਚ ਐਮਪੀ ਕਦੋਂ ਕਿਹੜੇ ਸਾਲ ਦੇ ਵਿੱਚ ਇਹ ਐਕਟ ਜਿਹੜਾ ਬਣਿਆ ਇੱਕ 1956 ਐਕਟ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਕਿ ਉਸ ਨੂੰ ਜਿਹੜਾ ਲਾਗੂ ਕੀਤਾ ਗਿਆ ਇਹ ਕਿਹੜੇ ਸਾਲ ਦੇ ਵਿੱਚ ਐਕਟ ਜਿਹੜਾ ਮਨਮੋਹ ਸਿੰਘ ਦੀ ਸਰਕਾਰ ਜਿਹੜਾ ਮਨਮੋਹ ਸਿੰਘ ਨੇ ਐਕਟ ਬਣਾਇਆ ਸੀ ਲੈਂਡ ਅਕਵਾਇਰਮੈਂਟ ਐਕਟ 2013 ਵਿੱਚ ਬਣਾਇਆ ਸੀ ਜੀ ਕੀ ਹੈ ਕਿ ਇਸ ਐਕਟ ਦੇ ਵਿੱਚ ਉਹਦੇ ਵਿੱਚ ਇਹ ਆ ਵੀ ਇੱਕ ਕਮੇਟੀ ਬਣੋਗੀ ਕਮੇਟੀ ਬੇਸ ਤੈਅ ਕਰੂਗੀ ਕਿ ਇੱਥੇ ਬਾਜ਼ਾਰੂ ਕੀਮਤ ਕਿੰਨੀ ਆ ਉਹਦਾ 4 ਗੁਣਾ ਦਿੱਤਾ ਜਾਊਗਾ ਪਰਿਵਾਰ ਨੂੰ ਨੌਕਰੀ ਦਿੱਤੀ ਜਾਊ ਜੇ ਨੌਕਰੀ ਨਹੀਂ ਦੇਣੀ 5 ਲੱਖ ਰੁਪਈਆ ਦਿੱਤਾ ਜਾਊ ਜੇ ਕਿਸੇ ਦਾ ਮਕਾਨ ਵੇਚੋਂ ਦਾ ਮਕਾਨ ਦੇ ਬਦਲੇ ਮਕਾਨ ਦਿੱਤਾ ਜਾਊ ਮਕਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਊ ਉਸ ਦੇ ਨਾਲ 20 ਮੀਟਰ ਤੱਕ ਜਿਹੜਾ PWD ਨੇ ਦਰਾਖਤ ਲਾਉਣੇ ਆ ਉਹਦਾ ਨੁਕਸਾਨ ਹੋਣਾ ਵਾ ਉਹ ਵੀ ਦਿੱਤਾ ਜਾਊਗਾ ਪਰ ਸਾਡੀ ਬੇਦਕਸ਼ਮਤੀ ਕਿਸਾਨਾਂ ਨੂੰ ਮਾਰਨ ਦੇ ਲਈ ਉਹਨਾਂ ਦਾ ਨੁਕਸਾਨ ਕਰਨ ਦੇ ਲਈ ਜਿਹੜਾ ਲੈਂਡ ਅਕਵਾਇਰਮੈਂਟ ਐਕਟ 1956 ਸੀ ਉਹਨੂੰ ਬੇਸ਼ ਬਣਾ ਕੇ ਜਿਹੜੇ SDM ਸੀ ਜਾਂ ਜਿਹੜੇ ਸੀ ਡੀਆਰਓ ਸੀ ਡੀਸੀਸੀ ਉਹਨਾਂ ਨੂੰ ਜਿਹੜੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਗਈਆਂ ਕਿ ਤੁਸੀਂ ਉਸ ਲੈਂਡ ਰਿਕੁਆਇਰਮੈਂਟ ਐਕਟ ਨੂੰ ਲਾਗੂ ਨਹੀਂ ਕਰਨਾ ਤੁਸੀਂ ਜਿਹੜਾ 1952 ਦਾ ਐਕਟ ਆ ਉਹਦੇ ਹਿਸਾਬ ਨਾਲ ਕਲੈਕਟਰ ਰੇਟ ਬਾਜ਼ਾਰੂ ਕੀਮਤ ਨਹੀਂ ਕਲੈਕਟਰ ਰੇਟ ਦੇ ਹਿਸਾਬ ਨਾਲ ਜਿਹੜਾ ਇਹ ਮੁਆਵਜਾ ਵਾ ਕਲੈਕਟਰ ਰੇਟ ਦੇ ਹਿਸਾਬ ਨਾਲ ਕਿੰਨਾ ਗੱਲ ਕਰੀਏ ਕਿਉਂਕਿ ਓਨ ਦਾ ਰਿਕਾਰਡ ਅਗਰ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਕਿ ਇੱਥੇ ਤੁਸੀਂ ਕਹਿ ਰਹੇ ਹੋ ਜ਼ਮੀਨਾਂ ਦੀ ਕੀਮਤ ਜਿਹੜੀ ਬਹੁਤ ਜ਼ਿਆਦਾ ਹੈ ਤਾਂ ਇਹ ਕਿਸ ਰੇਟ ਨਾਲ ਤੁਹਾਨੂੰ ਜਿਹੜੀ ਜ਼ਮੀਨ ਹੈ ਤੁਹਾਡੀ ਲੈ ਰਹੇ ਨੇ ਆ ਵੀ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਿਹੜੀ ਸਾਡੀ ਜੀਟੀ ਰੋਡ ਜਾਂਦੀ ਆ ਉਹਦੇ ਤੇ ਉਦੋਂ ਜਦੋਂ ਇਹਨਾਂ ਨੇ 25/3/2021 ਨੂੰ ਜਿਹੜਾ ਆਵਾਲਡ ਆ ਪਹਿਲਾਂ ਜਾਰੀ ਕੀਤਾ ਵਾ ਉਹਦੇ ਵਿੱਚ ਜਿਹੜਾ ਉਸ ਸੀਗਾ ਜਿਹੜਾ ਫਰੰਟ ਤੇ ਕੀਲਾ ਆਉਂਦਾ ਸੀਗਾ ਉਹ 22 ਲੱਖ ਰੁਪਈਆ ਉਦੋਂ ਕਲੈਕਟਰ ਰੇਟ ਸੀ ਪਰ ਇਹਨਾਂ ਨੇ ਕੀ ਕੀਤਾ ਕੱਲ ਸਾਨੂੰ ਜਦੋਂ ਅਸੀਂ ਆਰਬੀ ਡੈਕਟਰ ਦੇ ਉੱਥੇ ਤਰੀਕ ਤੇ ਗਏ ਸੀ ਉੱਥੇ ਸਾਨੂੰ ਜਾ ਕੇ ਪਤਾ ਲੱਗਿਆ ਕਿ ਜਿਹੜਾ ਉਹ ਕਿਲਾ ਵਾ ਉੱਥੇ ਉਹਨਾਂ ਕੋਲੇ ਰਿਕਾਰਡ ਵਿੱਚ ਪਿਆ ਸੀ ਵੀ 26 ਲੱਖ ਇਹਦਾ ਕਲੈਕਟਰ ਰੇਟ ਸੀਗਾ ਪਰ ਜਿਹੜਾ ਉਹ ਆਵਾਰਡ ਬਣਿਆ ਸੀਗਾ ਉਹ 1290 ਦਾ ਹੀ ਬਣਿਆ ਸੀ ਇਹ ਦੋ ਵੱਡਾ ਤਕਾ ਕਿਹਦੇ ਨਾਲ ਹੋ ਸਕਦਾ ਵਾ ਮਤਲਬ 13 ਲੱਖ ਰੁਪਏ ਨੂੰ ਕਿਲਾ ਤੁਹਾਡਾ ਜਿਹੜਾ ਉਹ ਕਿਤੇ ਨਾ ਕਿਤੇ ਤੈਅ ਹੋਇਆ ਹਾਂ 1290 ਕਲੈਕਟਰ ਰੇਟ ਜੀ ਉਹਦਾ 4 ਗੁਣਾ ਕੀਤਾ ਗਿਆ ਜੀ ਜਿਹੜੀ ਸਾਡੀ ਕੀਮਤ ਕਿਲੇ ਦੀ ਕੀਮਤ ਆ ਨਾ ਉਹਦਾ 1290 ਹੀ ਆ ਨਾ ਜੀ ਹਾਲਾਂਕਿ ਜਿਹੜੀ ਇੱਥੇ ਬਜਾਰੂ ਕੀਮਤ ਚੱਲਦੀ ਆ 4-5 ਕਰੋੜ ਰੁਪਈਆ ਚੱਲ ਰਹੀ ਆ 5 ਕਰੋੜ ਚੱਲ ਰਹੀ ਆ ਤੇ ਹੁਣ ਕਿੱਥੇ ਪੇਚ ਜਿਹੜਾ ਫਸਿਆ ਹੋਇਆ ਤੇ ਕੀ ਲੱਗਦਾ ਇਹ ਪ੍ਰੋਜੈਕਟ ਸ਼ੁਰੂ ਹੋਣ ਦੇ ਵਿੱਚ ਕਿਤੇ ਨਾ ਕਿਤੇ ਕੋਈ ਗੱਲਬਾਤ ਹੋ ਰਹੀ ਆ ਜਾਂ ਸਿਰੇ ਚੜ ਪਾਊਗੀ ਜਿਹੜੀ ਹੁਣ ਤੁਸੀਂ ਕੱਲ ਖਬਰਾਂ ਸੁਣੀਆਂ ਜੀ ਨੀਤਨ ਗੜਕਰੀ ਜੀ ਨੇ ਜੀ ਇਹ ਧਮਕੀ ਵੀ ਦਿੱਤੀ ਆ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਆ ਕਿ ਜਿਹੜੇ ਇਹ ਪ੍ਰੋਜੈਕਟ ਆ ਬੰਦ ਕੀਤੇ ਜਾਣਗੇ ਆਪਾਂ ਨੂੰ ਵੀ ਇਸ ਗੱਲ ਦਾ ਪਤਾ ਜਿਹੜੇ ਬੁੱਧੀਜੀਵੀ ਆ ਵਕੀਲ ਆ ਉਹ ਵੀ ਦੱਸਦੇ ਆ ਜਿਹੜਾ ਪ੍ਰੋਜੈਕਟ ਇੱਕ ਵਾਰੀ ਪਾਸ ਹੋ ਗਿਆ ਨਾ ਉਹ ਕੈਂਸਲ ਹੋਣਾ ਨਾ ਹੋਇਆ ਨਾ ਜਿਹੜੇ ਸਾਡੇ ਕਿਸਾਨ ਆ ਉਹਨੂੰ ਕੈਂਸਲ ਕਰਨ ਦੇ ਹੱਕ ਚ ਆ ਫਿਰ ਰੇਡ ਕਾ ਕਿੱਥੇ ਹੈਗਾ ਕਿਉਂ ਪ੍ਰੋਜੈਕਟ ਇੰਨਾ ਦੇਰੀ ਕਰ ਰਿਹਾ ਕਿਤੇ ਨਾ ਕਿਤੇ 200 ਕਿਲੋਮੀਟਰ ਦਾ ਕਹਿ ਰਹੇ ਆ ਪ੍ਰੋਜੈਕਟ ਬਣ ਚੁੱਕਿਆ 300 ਕਿਲੋਮੀਟਰ ਦਾ ਤਕਰੀਬਨ ਇਹ ਪ੍ਰੋਜੈਕਟ ਹੈਗਾ ਤਾ ਕਿੱਥੇ ਰੇਡ ਕਾ ਕਿੱਥੇ ਫਿਰ ਮਤਲਬ ਪੈਦਾ ਹੋ ਰਿਹਾ ਏ ਸਿਰਫ ਜ਼ਮੀਨਾਂ ਦੀ ਕੀਮਤਾਂ ਨੂੰ ਲੈ ਕੇ ਉਹ ਮੈਂ ਤੁਹਾਨੂੰ ਦੱਸਦਾ ਵਾਂ ਵੀ ਜਿਹੜਾ ਲੈਂਡ ਅਕਵਾਇਰਮੈਂਟ ਐਕਟ ਬਣਿਆ ਸੀਗਾ ਉਸ ਤੋਂ ਬਾਅਦ ਇਹ ਜਿਹੜੀ ਗਵਰਨਮੈਂਟਾਂ ਉਹਨੇ ਮੋਦੀ ਗਵਰਨਮੈਂਟ ਨੇ ਕੀ ਕੀਤਾ ਕਿ ਜਿਹੜੇ ਰਾਜਾਂ ਵਿੱਚ ਭਾਜਪਾ ਦੀ ਗਵਰਨਮੈਂਟ ਸੀ ਜੀ ਉਹ ਲੈਂਡ ਅਕਵਾਇਰਮੈਂਟ ਐਕਟ ਵਿੱਚ 13000 ਵਿੱਚ ਉਹਨਾਂ ਨੇ ਉਹ ਐਮੈਂਡਮੈਂਟ ਕਰਤੀ ਐਮੈਂਡਮੈਂਟ ਕਰਤੀ ਮਲੇ ਮਨੋਂ ਸਿੰਘ ਵਾਲਾ ਜਿਹੜਾ ਸੀਗਾ 2013 ਵਾਲਾ ਐਕਟ ਉਸ ਨੂੰ ਖਤਮ ਕਰਤਾ ਪਰ ਉਹ ਸਾਡੀ ਕਿਸਮਤ ਚੰਗੀ ਆ ਪੰਜਾਬ ਦੇ ਕਿਸਾਨਾਂ ਨੇ ਕਿ ਪਿਛਲੀ ਵਾਰੀ ਕਾਂਗਰਸ ਗਵਰਨਮੈਂਟ ਸੀ ਐਟ ਕਿ ਆਪਦੀ ਗਵਰਨਮੈਂਟ ਆ ਪੰਜਾਬ ਵਿੱਚ ਅਜੇ ਉਹ ਲੈਂਡ ਅਕਵਾਇਰਮੈਂਟ ਐਕਟ ਲਾਗੂ ਆ ਉਹਦੇ ਵਿੱਚ ਕੋਈ ਸੋਧ ਨਹੀਂ ਕੀਤੀ ਗਈ ਇਸੇ ਕਰਕੇ ਹੀ ਅਸੀਂ ਹਾਈ ਕੋਰਟ ਗਏ ਆ ਹਾਈ ਕੋਰਟ ਜਾ ਕੇ 1.5 ਸਾਲ ਹੋ ਗਿਆ ਜਿਹੜੇ ਐਨ ਐਚ ਏ ਆਈ ਵਾਲੇ ਆ ਉਹ ਜਵਾਬ ਨਹੀਂ ਦੇ ਰਿਹਾ ਜਵਾਬ ਇਸ ਕਰਕੇ ਨਹੀਂ ਦੇ ਰਿਹਾ ਕਿਉਂਕਿ ਉਹ ਉਸ ਐਕਟ ਵਿੱਚ ਜਾ ਕੇ ਉਹ ਹਾਰਦੇ ਆ ਮੈਂ ਤੁਹਾਡੇ ਕੋ ਆਣਾ ਵਾਪਸ ਹੋਰ ਵੀ ਕਿਸਾਨ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਆਂਦੀਆਂ ਨੇ ਮੈਂ ਤੁਹਾਨੂੰ ਇੱਕ ਵਾਰੀ ਤਸਵੀਰ ਫਿਰ ਤੋਂ ਦਿਖਾ ਦਾਂ ਕਿ ਇੱਕ ਉਹ ਸਾਹਮਣੇ ਵਾਲਾ ਘਰ ਆ ਇੱਕ ਇਧਰ ਵਾਲਾ ਘਰ ਆ ਚੰਗਣ ਪਿੰਡ ਦੇ ਜਿਹੜੇ ਵਾਸੀ ਨੇ ਤੁਹਾਡੇ ਘਰ ਆ ਰਹੇ ਨੇ ਜੀ ਕਿੰਨੀ ਜ਼ਮੀਨ ਹੈਗੀ ਆ ਤੁਹਾਡੀ ਔਰ ਇਸ ਭਾਰਤ ਮਾਲਾ ਯੋਜਨਾ ਪ੍ਰੋਜੈਕਟ ਦੇ ਵਿਚਾਰੀ ਸਾਡੀ 5 ਕਨਾਲ ਆ ਰਹੀ ਹੈ ਜੀ ਬੱਚੇ ਜੀ ਵਿੱਚ ਉਹਦੇ ਮਕਾਨ ਦਾ ਜਿਹੜਾ ਸਾਡੀ ਬਾਉਂਡਰੀ ਵਾਲ ਜੀ ਮਕਾਨ ਦੀ ਸਾਰੀ ਬਾਉਂਡਰੀ ਵਿੱਚ ਆਉਂਦੀ ਹੈ ਮਕਾਨ ਦੇ ਬਿਲਕੁਲ ਥੱਲੇ ਦੀ ਨਿੰਘਦਾ ਜੀ ਅਸੀਂ ਸਾਡਾ ਰੋਲਾ ਇਹ ਆ ਸਾਡਾ ਨਾਂ ਦਾ ਇਹਨਾਂ ਨੇ ਮਾਵਜਾ ਪਾਇਆ ਨਾ ਸਾਡਾ ਮਕਾਨ ਰਹਿਣ ਦੇ ਲੈ ਕੇ ਰਿਹਾ ਜੀ ਉਹ ਰਾਜ ਕੋਟ ਹਾਂਜੀ ਤੇ ਫਿਰ ਮਤਲਬ ਕਿੱਥੇ ਗੱਲਬਾਤ ਕਿਉਂ ਨਹੀਂ ਤੈ ਹੋ ਪਾਈ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਕੰਪਨਸੇਸ਼ਨ ਮਿਲ ਜੇ ਕੰਪਨਸੇਸ਼ਨ ਦੇਣ ਨੂੰ ਤਿਆਰ ਨੇ ਕੌਣ ਦਿੰਦਾ ਜੀ ਕੋਈ ਨਹੀਂ ਦਿੰਦਾ ਲਾਰੇ ਆ ਲਾਰੇ ਆ ਲਾਰੇ ਆ ਸਾਨੂੰ ਡੀਸੀ ਉਧਰ ਆਰਬਿਟਰੇਟਰ ਦੇ ਭਜਾ ਦਿੰਦੀ ਆ ਆਰਬਿਟਰੇਟਰ ਸਾਨੂੰ ਡੀਸੀ ਤੇ ਭਜਾ ਦਿੰਦਾ ਕਿੰਨੀ ਕੀਮਤ ਦੀ ਗੱਲ ਕਰੀਏ ਕਿੰਨੀ ਜਗ੍ਹਾ ਦੀ ਤੁਹਾਡੀ ਕੀਮਤ ਆ ਕਿੰਨੀ ਜਗ੍ਹਾ ਆ ਰਹੀ ਆ ਸਾਡੇ ਹੁਣ 5 ਕਨਾਲਾਂ ਦਾ ਲਾ ਲਓ 48 ਲੱਖ ਨੂੰ ਜੇ ਕੀਲਾ ਹੋਇਆ ਤਾਂ ਇਹ 23 24 ਲੱਖ ਦਾ ਬਣਦਾ ਜੀ ਤੇ ਜਿਹੜੇ ਹਸਾਬ ਨਾਲ ਇਹ ਬਾਗਲੇ ਦਾ ਇਹਨਾਂ 3.5 ਲੱਖ ਰੁਪਈਆ ਪਾਇਆ ਉਹਦੇ ਨਾਲ ਤਾਂ ਸਾਡਾ ਬਾਗਲਾ ਵੀ ਨਹੀਂ ਹੁੰਦਾ ਫਿਰ ਉਲਟਾ ਸਾਡਾ ਜਿਹੜਾ ਮਕਾਨ ਆ ਉਹਦੇ ਉੱਤੋਂ ਦੀ ਬਰਾਬਰ ਦੀ ਸੜਕ 12 13 ਫੁੱਟ ਉੱਚੀ ਜਾ ਰਹੀ ਆ ਜੀ ਤੇ ਸਾਡਾ ਤਾਂ ਰਹਿਣ ਦੇ ਲੈ ਗਿੰਦੇ ਆ ਉਥੇ ਕਿਹੜਾ ਰਹਿ ਪੂਗਾ ਉਥੇ ਤੁਹਾਡਾ ਘਰ ਪਾਇਆ ਹੋਇਆ ਸਾਰਾ ਤੋੜਿਆ ਤੋੜਿਆ ਜਾਊਗਾ ਸਾਡਾ ਨਹੀਂ ਤੋੜਿਆ ਨਹੀਂ ਜਾਊਗਾ ਸਾਡਾ ਇਹ ਰਹਿਣ ਦੇ ਲੈ ਗੀ ਇੰਨੇ ਅਸੀਂ ਕਹਿੰਨੇ ਸਾਨੂੰ ਸਾਡੇ ਮਕਾਨ ਦੇ ਪੈਸੇ ਪਾਓ ਅਸੀਂ ਇਹ ਤੋਂ ਮਕਾਨ ਸ਼ਿਫਟ ਕਰਕੇ ਆਪਦਾ ਕਿਸੇ ਪਾਸੇ ਹੋਰ ਜਾਣਨੇ ਆ ਤੇ ਆਪਦੀ ਜ਼ਮੀਨ ਜਿਹੜੀ ਆ ਸਾਨੂੰ ਪ੍ਰੋਪਰ ਸਹੀ ਰੇਟ ਦੇ ਦੇਣ ਜ਼ਮੀਨ ਅਸੀਂ ਛੱਡਣ ਨੂੰ ਤਿਆਰ ਆ ਸਾਡੇ ਤਾਂ ਆਜਾੜ ਤੇ ਜਾੜਾ ਪਈ ਜਾਂਦਾ ਪਹਿਲਾਂ ਸਾਡਾ ਉਥੋਂ ਪਾਕਿਸਤਾਨ ਚੋਂ ਅਸੀਂ ਉੱਜੜ ਕੇ ਆਏ ਉੱਥੋਂ ਮਤਾਂ ਆ ਕੇ ਬਸੇ ਸੀ ਇੱਥੋਂ ਦੁਬਾਰਾ ਫੇਰ ਮੋਦੀ ਸਾਨੂੰ ਯਾੜ ਕੇ ਹੁਣ ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਜਾਈਏ ਕਿੱਥੇ ਉੱਥੋਂ ਤਾਂ ਇੱਥੇ ਆ ਕੇ ਸੀਗੇ ਇੱਥੋਂ ਕਿੱਧਰ ਜਾਈਏ ਇੱਕ ਹੋਰ ਆ ਰਿਹਾ ਜੀ ਜ਼ਮੀਨਾਂ ਦੋ ਪਾਸੇ ਦੀਆਂ ਗੱਲ ਆ ਰਹੀ ਹੈ ਕਿ ਕੁਝ ਜ਼ਮੀਨ ਉਧਰ ਰਹਿ ਗਈ ਕੁਝ ਜ਼ਮੀਨ ਇਸ ਪਾਸੇ ਰਹਿ ਗਈ ਪਾਈਪਲਾਈਨ ਦੀ ਗੱਲ ਆਈ ਹੈ ਕੁਝ ਸ਼ਰਤਾਂ ਦੀ ਗੱਲ ਆਈ ਹੈ ਤਾਂ ਉਸ ਨੂੰ ਲੈ ਕੇ ਵੀ ਕਿਤੇ ਰੇਡ ਕਾ ਜਾ ਉਹ ਮਤਲਬ ਪ੍ਰੋਪਰ ਉਹਨਾਂ ਨੇ ਗੱਲਾਂ ਮੰਨੀਆਂ ਨੇ ਹਾਂਜੀ ਹਾਂਜੀ ਉਹ ਤਾਂ ਹੈਗਾ ਹੀ ਆ ਜੀ ਜਿਹਦੀ ਜ਼ਮੀਨ ਤੋਫੜ ਹੋ ਰਹੀ ਆ ਉਹਨੂੰ ਪਾਈਪਲਾਈਨ ਚਾਹੀਦੀ ਚਾਹੀਦੀ ਆ ਹੁਣ ਇੱਕ ਪਾਈਪਲਾਈਨ ਇੱਥੇ ਪਾਤੀ ਆ ਇੱਕ ਅੱਗੇ 10 ਕਿੱਲੇ ਅੱਗੇ ਜਾ ਕੇ ਪਾਈ ਜਾਊਗੀ ਉਸ ਦੇ ਵਿੱਚ ਜਿਹਦੀ ਵਿਚਾਲੇ ਜ਼ਮੀਨ ਪਈ ਉਹ ਕਿੱਥੇ ਜਾਵੇਗਾ ਜੀ ਸਾਬ ਨੂੰ ਜਾਂ ਤਾਂ ਚਾਹੇ ਛੋਟੀ ਪਾਈਪਲਾਈਨ ਪਾਈ ਜਾਵੇ ਪਾਣੀ ਜੋਗੀ ਜੀ ਉਸ ਹਿਸਾਬ ਨਾਲ ਬੰਦਾ ਆਪ ਦੇ ਦੂਸਰੇ ਪਾਸੇ ਵਾਲੀ ਜ਼ਮੀਨ ਤਾਂ ਵਰਤ ਸਕੇ ਨਾ ਜੀ ਨਹੀਂ ਤਾਂ ਬੰਦਾ ਨਾ ਇੱਧਰ ਜੋਗਾ ਨਾ ਉੱਧਰ ਜੋਗਾ ਇੱਕ ਦੋ ਜਗ੍ਹਾ ਮੋਟਰਾਂ ਕਿੱਥੇ ਕਿੱਥੇ ਲਗਾਊਗਾ ਪ੍ਰਧਾਨ ਜੀ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਤੁਸੀਂ ਮੀਟਿੰਗਾਂ ਚ ਹਰ ਚ ਜਾਂਦੇ ਹੋ ਤਾਂ ਤੁਸੀਂ ਇਹ ਵੀ ਮੁੱਦਾ ਚੱਕਿਆ ਹੈ ਕਿ ਸੜਕ ਜਿਹੜੀ ਇੰਨੀ ਉੱਚੀ ਬਣਾਈ ਗਈ ਹੈ ਇਹ ਆਰ ਪਾਰ ਜਾਣ ਦੇ ਲਈ ਖੇਤਾਂ ਦੇ ਵਿੱਚ ਉਹ ਰਸਤੇ ਦੀ ਤੁਸੀਂ ਮੰਗ ਕੀਤੀ ਹੈ ਤੇ ਉਹਨੂੰ ਲੈ ਕੇ ਫਿਰ ਕੀ ਗੱਲਬਾਤ ਹੋ ਪਾਈ ਜਿਹੜੀ ਅਸੀਂ ਮੰਗ ਇਹ ਰੱਖੀ ਗਈ ਆ ਕਿ ਜਿੰਨਾ ਜ਼ਿਮੀਂਦਾਰਾਂ ਦੀ ਦਫਾੜ ਜ਼ਮੀਨਾਂ ਹੋ ਗਈਆਂ ਦੋਨੇ ਪਾਸੇ ਰਹਿ ਗਈਆਂ ਉਹਨਾਂ ਨੂੰ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਉਹਨਾਂ ਨੂੰ ਰਸਤਾ ਦਿੱਤਾ ਜਾਵੇ ਕਹਿੰਦੇ ਤਾਂ ਹੈਗੇ ਆ ਪਰ ਅਜੇ ਤੱਕ ਸਾਡਾ ਉਹਨਾਂ ਨਾਲ ਪੱਕਾ ਪੱਕਾ ਕੰਪਰੋਮਾਈਜ਼ ਨਹੀਂ ਹੋਇਆ ਸਾਨੂੰ ਅਜੇ ਤੱਕ ਉਹਨਾਂ ਨੇ ਲਿਖਤੀ ਰੂਪ ਵਿੱਚ ਨਹੀਂ ਲਿਖ ਕੇ ਦਿੱਤਾ ਕਿ ਜਿਨ੍ਹਾਂ ਦੀ ਦਫਾੜ ਜ਼ਮੀਨ ਹੁੰਦੀ ਆ ਅਸੀਂ ਇੱਕ ਉਹਨਾਂ ਨੂੰ 30% ਦੇਵਾਂਗੇ 10% ਨਾਲ ਸਲੇਸੀਅਸ ਆ ਪੈਪ ਪਾ ਕੇ ਦੇਵਾਂਗੇ ਰਸਤਾ ਦੇਵਾਂਗੇ ਅਜੇ ਇੱਕ ਪੱਕਾ ਐਗਰੀਮੈਂਟ ਨਹੀਂ ਹੋਇਆ ਕਹਿੰਦੇ ਜਰੂਰ ਆ ਵੀ ਦੇਵਾਂਗੇ ਮੀਟਿੰਗਾਂ ਵਿੱਚ ਸਾਡਾ ਇਹ ਮੁੱਦਾ ਰੱਖਿਆ ਹੋਇਆ ਵਾ ਕੀ ਲੱਗਦਾ ਜੀ ਜਿਵੇਂ ਤੁਸੀਂ ਕਹਿੰਦੇ ਆਰ ਪਾਰ ਜਾਣ ਦੇ ਲਈ ਕਿੰਨਾ ਕੁ ਮਤਲਬ ਡਿਸਟੈਂਸ ਹੋਊਗਾ ਕੁਛ ਇਹ ਗੱਲਬਾਤ ਹੋ ਪਾਈ ਡਿਸਟੈਂਸ ਤਾਂ ਹੁਣ ਜਿਹੜੀ ਇਹ ਹੁਣ 393 ਫੋਟੋ ਚ ਚੜਾਈ ਆ ਡਿਸਟੈਂਸ ਤਾਂ ਥੋੜੇ ਸਾਹਮਣੇ ਆ ਜੀ ਇਹਦਾ ਕਿਹਾ ਜਾ ਰਿਹਾ 20 ਫੁੱਟ ਉੱਚਾ 15 ਫੁੱਟ ਉੱਚਾ ਜਿਹੜਾ ਨਹੀਂ ਆ ਹੁਣ ਆ ਸਾਹਮਣੇ ਨਹਿਰ ਆ ਆ 20 ਫੁੱਟ ਆ ਹੈਗੀ ਆ ਜੀ ਇਹ ਤਾਂ ਹੁਣ ਕੋਈ ਦੱਸਣ ਦੀ ਲੋੜ ਨਹੀਂ ਹੈ ਨਾ ਸਾਨੂੰ ਕੋਈ ਸਬੂਤ ਦੇਣ ਦੀ ਲੋੜ ਆ ਅੱਜ ਸਾਸੀਂ ਥੋੜੇ ਧੰਨਵਾਦੀ ਆ ਵੀ ਜਿਹੜੀ ਤੁਸੀਂ ਇੰਨੀ ਖੇਚੜ ਕਰਕੇ ਇੰਨੀ ਗਰਮੀ ਵਿੱਚ ਇੰਨਾ ਗਰਮੀ ਹੋਣ ਦੇ ਬਾਵਜੂਦ ਵੀ ਸਾਡੇ ਕੋਲੇ ਅੱਜ ਆਏ ਸਾਡੇ ਜਿਹੜੇ ਦੁਖੜੇ ਆ ਸੁਣੇ ਆ ਤੁਹਾਡੇ ਸਾਹਮਣੇ ਆ 20 ਫੁੱਟ ਤਾਂ ਹੈਗੀ ਹੋਈ ਆ ਜੀ ਜੇ ਕਿਸੇ ਨੇ ਜਾਣਾ ਵਾ ਕੀ ਗੱਲ ਇਹ ਸਾਨੂੰ ਪੌੜੀਆਂ ਬਣਾ ਕੇ ਦੇਣਗੇ ਵੀ ਪੌੜੀਆਂ ਬਣਾ ਕੇ ਦਿੰਨੇ ਆ ਤੁਸੀਂ ਦੂਜੇ ਪਾਸੇ ਜਾਓ ਆਮ ਤੌਰ ਤੇ ਹੁੰਦਾ ਟਰੈਕਟਰ ਟਰਾਲੀ ਕਿਸਾਨਾਂ ਨੇ ਲੈ ਕੇ ਜਾਣੀ ਹੁੰਦੀ ਖੇਤਾਂ ਦੇ ਵਿੱਚ ਪੱਠੇ ਵੱਢਣ ਜਾਣਾ ਹੁੰਦਾ ਇਹਦਾ ਜੀ ਇਹਨਾਂ ਨੇ ਇੱਕ ਸਾਨੂੰ ਉਝਾੜਨਾ ਸਾਨੂੰ ਇੱਕ ਮਾਰਨਾ ਨਹੀਂ ਇੰਨੀ ਸੜ ਕੁੱਚੀ ਦੀ ਲੋੜ ਕੀ ਆ ਜੀ ਅੱਗੇ ਵੀ ਦੂਜੀਆਂ ਵੀ ਕਿੰਨੇ ਹਾਈਵੇ ਬਣੇ ਹੋਏ ਆ ਜੀ ਉਹ ਤਾਂ ਬਣੇ ਹੋਏ ਤਾਂ ਬਰਾਬਰ ਬਣੇ ਆ ਜੇ ਫਰਕ ਆ ਤਾਂ 1-2 ਫੁੱਟ ਦਾ ਉਚਾ 20 ਫੁੱਟ ਤਾਂ ਨਹੀਂ ਉੱਚੀ ਹੈ ਚੱਲ ਕਿਤੇ ਕੋਈ ਨਹਿਰ ਤੇ ਪੌੜ ਆ ਗਿਆ ਕਿਤੇ ਹੋਰ ਪੌੜ ਆ ਗਿਆ ਉੱਥੇ ਪੌੜ ਬਣ ਗਿਆ ਪਰ ਆ ਥੋੜਾ ਆ ਵੀ ਆ ਜਿਹੜਾ ਹੁਣ ਆਪਾਂ ਜਿੱਥੇ ਖੜੇ ਆ ਇੱਥੇ ਬਿਲਕੁਲ ਆਪਾਂ ਜਿੱਥੇ ਬਿਲਕੁਲ ਕੋਈ ਪੌੜ ਨਹੀਂ ਹੈ ਉੱਥੇ ਖੜੇ ਆ ਉੱਥੇ ਵੀ ਤੁਸੀਂ ਦੇਖੋ ਆ ਕਿੰਨਾ ਉੱਚਾ ਬਣਾਇਆ ਹੋਇਆ ਹੁਣ ਇਸ ਕੰਮ ਨੂੰ ਜਿਹੜੀ ਰੋਕ ਲੱਗੀ ਹੋਈ ਆ ਤੁਸੀਂ ਜ਼ਮੀਨਾਂ ਦੇਣ ਤੋਂ ਇਨਕਾਰ ਕਰ ਦਿੱਤਾ ਲੱਗਦਾ ਪੰਜਾਬ ਸਰਕਾਰ ਦੀ ਦਖਲਅੰਦਾਜ਼ੀ ਤੋਂ ਬਾਅਦ ਕੋਈ ਨਾ ਕੋਈ ਹੱਲ ਨਿਕਲ ਸਕਦਾ ਜਮੀਨਾਂ ਦੇਣ ਤੋਂ ਅਸੀਂ ਇਨਕੁਆਇਰ ਨਹੀਂ ਕੀਤਾ ਇਨਕਾਰ ਨਹੀਂ ਕੀਤਾ ਅਸੀਂ ਆਪਦਾ ਮੁਆਵਜ਼ਾ ਮੰਗਦੇ ਆ ਅਸੀਂ ਆਪਦੇ ਹੱਕ ਮੰਗਦੇ ਆ ਜਿਹੜਾ ਸਾਡੇ ਨਾਲ ਇਹ ਗੱਲ ਸਾਡੇ ਵੱਡੇ ਜਾ ਰਹੇ ਆ ਅਸੀਂ ਉਹਦਾ ਮੁਆਵਜ਼ਾ ਮੰਗਦੇ ਆ ਕਿ ਸਾਨੂੰ ਲੈਂਡ ਅਕਵਾਇਰਮੈਂਟ ਐਕਟ 2013 ਦੇ ਹਿਸਾਬ ਨਾਲ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਪੰਜਾਬ ਗਵਰਨਮੈਂਟ ਦੀ ਤਾਂ ਅਸੀਂ ਦੇਖ ਰਹੇ ਆ ਕਿ 2.5 ਸਾਲ ਤੋਂ ਜਦੋਂ ਤੇ ਇਹ ਭਗਵਾਨ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਆ ਇਹਨਾਂ ਨੇ ਕਦੇ ਵੀ ਕਿਸੇ ਜ਼ਿੰਮੇਵਾਰ ਦੇ ਨਾਲ ਜਾਂ ਜਥੇਬੰਦੀਆਂ ਦੇ ਨਾਲ ਜਾਂ ਜਿਹੜੇ ਸਾਡੀ ਰੋਡ ਸੰਘਰਸ਼ ਕਮੇਟੀ ਆ ਉਹਦੇ ਨਾਲ ਕਦੇ ਵੀ ਕੋਈ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਹੋਣਾ 2-3 ਦਿਨ ਤੋਂ ਜਰੂਰ ਸੁਣ ਰਹੇ ਆ ਕਿ ਜਿਹੜੇ ਨੀਤਨ ਗੱਡਕਰੀ ਜੀ ਆ ਉਹਨਾਂ ਦੀ ਘੋਰਕੀ ਦਿਖਾਉਣ ਦੇ ਬਾਵਜੂਦ ਕਿ ਅਸੀਂ ਇਹ ਪ੍ਰੋਜੈਕਟ ਬੰਦ ਕਰ ਦੇਣੇ ਆ ਹੁਣ ਇੱਕ ਉਸ ਹਰਕਤ ਚ ਆਏ ਆ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਇਹਨਾਂ ਨੇ ਸਾਡਾ ਮਸਲਾ ਹੱਲ ਕਰਤਾ ਹੁਣ ਤਾਂ ਇਹ ਆ ਵੀ ਜਿਵੇਂ ਊਠ ਦੇ ਬੌਲ ਲਲੀ ਦੇਖਦੇ ਆਂ ਵੀ ਹੁਣ ਇਹ ਕੀ ਕਰ ਰਹੇ ਆ ਹੁਣ ਕੀ ਕਰ ਰਿਹਾ ਉਮੀਦ ਹੈਗੀ ਆ ਕਿਤੇ ਨਾ ਕਿਤੇ ਕੰਪਨਸੇਸ਼ਨ ਦੀ ਲੱਗਦਾ ਕੋਈ ਬੈਠ ਕੇ ਹੱਲ ਨਿਕਲ ਜੂਗਾ ਪ੍ਰੋਜੈਕਟ ਜਿਹੜਾ ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ ਰੁਕ ਸਕਦਾ ਅਸੀਂ ਇਹੀ ਚਾਹੁੰਦੇ ਆ ਵੀ ਜਿਹੜਾ ਇਹ ਬੇਸ਼ ਬਣਾਉਣਾ ਹੁੰਦਾ ਵਾ ਸੋਨੂੰ ਵੀ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਤੁਸੀਂ ਪੱਤਰਕਾਰੋਂ ਕਿ ਜਿਹੜਾ ਬੇਸ਼ ਬਣਾਉਣਾ ਹਮੇਸ਼ਾ ਹੀ ਗਵਰਨਮੈਂਟ ਨੇ ਬਣਾਉਣਾ ਪੰਜਾਬ ਗਵਰਨਮੈਂਟ ਨੇ ਬਣਾਉਣਾ ਉਹ ਆਪ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਜਿਹੜਾ ਪਹਿਲੇ ਵਾਰਡ ਰੱਦ ਕਰਕੇ ਉਹ ਨਵਾਂ ਬੇਸ ਬਣਾ ਸਕਦੇ ਆ ਮਤਲਬ ਮਾਰਕੀਟ ਵੈਲਿਊ ਤੁਸੀਂ ਕਹਿੰਦੇ ਆ ਜਿਹੜੀ ਉਹ ਤੁਹਾਨੂੰ ਦਿੱਤੀ ਜਾਵੇ ਤੁਸੀਂ ਸੰਤੁਸ਼ਟੀ ਤੁਹਾਡੀ ਹਾਂ ਸਾਹੀ ਮੈਂ ਜਿਹੜੀ ਮਾਰਕੀਟ ਵੈਲਿਊ ਆ ਸਾਡੀ ਸੰਤੁਸ਼ਟੀ ਉਹਦੇ ਤੇ ਹੀ ਆ ਨਾ ਕਿ ਕਲੈਕਟਰ ਰੇਟ ਜਿਹੜਾ ਕਲੈਕਟਰ ਰੇਟ ਆ ਉਹਦਾ ਇੱਕ ਰਜਿਸਟਰੀ ਕਰਾਉਣ ਲਈ ਹੁੰਦਾ ਕਿ ਇਸ ਤੋਂ ਘੱਟ ਜਿਹੜੀ ਰਜਿਸਟਰੀ ਆ ਉਹ ਨਹੀਂ ਹੋਣੀ ਜੀ ਸੋ ਕਰੋੜਾਂ ਦੀਆਂ ਜ਼ਮੀਨਾਂ ਕਿਸਾਨਾਂ ਦੀਆਂ ਕਿਹਾ ਜਾ ਰਿਹਾ ਕਿ ਕੋਡੀਆਂ ਦੇ ਭਾਅ ਉਹ ਨਹੀਂ ਦੇਣਗੇ ਤਾਂ ਸਿੱਧੇ ਤੌਰ ਤੇ ਚੇਤਾਵਨੀ ਹੈ ਕਿਸਾਨਾਂ ਦੀ ਕਿ ਜਦੋਂ ਤੱਕ ਕੋਈ ਇਸ ਮਸਲੇ ਤੇ ਸਰਕਾਰ ਹੱਲ ਨਹੀਂ ਕਢਦੀ ਉਦੋਂ ਤੱਕ ਇਹ ਪ੍ਰੋਜੈਕਟ ਨੂੰ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ ਸਾਫ ਤੌਰ ਤੇ ਜਿਹੜਾ ਇਨਕਾਰ ਕਰ ਦਿੱਤਾ ਗਿਆ ਤਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਪਹਿਲਾਂ ਹੀ ਪਾਕਿਸਤਾਨ ਤੋਂ ਉੱਜੜ ਕੇ ਆਏ ਨੇ ਇੱਥੇ ਆ ਕੇ ਆਪਣੀਆਂ ਜ਼ਮੀਨਾਂ ਬਣਾਈਆਂ ਇੱਥੇ ਆ ਕੇ ਉਹਦੀ ਵਾਈ ਕੀਤੀ ਤਾਂ ਹੁਣ ਉਹਨਾਂ ਜ਼ਮੀਨਾਂ ਨੂੰ ਸਸਤੇ ਭਾਅ ਤੇ ਜਿਹੜਾ ਖਰੀਦਿਆ ਜਾ ਰਿਹਾ ਜਿਸ ਦੀ ਮਾਰਕੀਟ ਵੈਲਿਊ ਕਰੋੜਾ ਰੁਪਏ ਹੈ ਉਸ ਨੂੰ ਲੱਖਾਂ ਦੇ ਵਿੱਚ ਖਰੀਦਿਆ ਜਾ ਰਿਹਾ ਜਿਸ ਨੂੰ ਲੈ ਕੇ ਰੋਸ਼ ਜ਼ਰੂਰ ਵਿਅਕਤ ਕੀਤਾ ਜਾ ਰਿਹਾ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਇਸ ਪ੍ਰੋਜੈਕਟ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਗੱਲਬਾਤ ਕਰੇਗੀ ਜਾਂ ਪ੍ਰੋਜੈਕਟ ਹੈ ਕਦੋਂ ਤੱਕ ਸਿਰੇ ਚੜ ਪਾਉਂਦਾ ਹੈ ਕਿਉਂਕਿ ਭਾਰਤ ਮਾਲਾ ਯੋਜਨਾ ਤਹਿਤ ਜੰਮੂ ਦਿੱਲੀ ਕਟੜਾ ਹਾਈਵੇ ਐਕਸਪ੍ਰੈਸ ਜਿਹੜਾ ਇਹ ਬਣ ਰਿਹਾ ਹੈ ਤਾ ਇਸ ਨੂੰ ਲੈ ਕੇ ਕਿੱਥੇ ਤੱਕ ਸਹਿਮਤੀ ਬਣ ਪਉਂਦੀ ਆ ਜਾਂ ਕਿਸਾਨ ਅੱਗੇ ਦੀਆਂ ਮੀਟਿੰਗਾਂ ਦੇ ਵਿੱਚ ਕੀ ਫੈਸਲਾ ਲੈਣਗੇ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਤੋਂ ਰਜਿੰਦਰ ਅਰੋੜਾ ਨਿਊਜ਼ 18